दिया गे अरदास हमारी जियो पिंड सब तेरा कहो नानक सब तेरी वडियाई कोई ना उन जाने मेरा हम निर्गुण तू दाता हम मूर्ख तुम चतुर सियाने तू सर्व कला का ज्ञाता अनंत गुणी निदान गुरु गृही बनवाज सारी संगत गज के बोलना जी सतनाम श्री वाहे गुरु जी जाना नी ना पानी दे बाजो पव जल लंघिया जाना नी ना पानी दे बाजो पव जल लंघिया जाना नी हथ कर मंगिया जाना नी हो ना पानी दे बाजो पव जल लंघिया जाना नी ना पानी दे बाजो पव जल लंघिया जाना नी फतिया जाना नी हो ना पानी दे बाजो पव जल लंघिया जाना नी ना पानी दे बाजो पव जल लंघिया जाना नी लंघिया जाना नहीं ना पानी दे
ਤੋਹਫੇ ਨਹੀਂ ਨਿਤ ਨਿਤ ਮਿਲਦੇ ਜਨ ਭਾਰ ਵਾਸ ਹੱਥ ਆਈ ਨਹੀਂ ਫੁੱਲ ਹਮੇਸ਼ਾ ਖਿਲਦੇ ਜਨ ਭਾਰ ਵਾਸ ਹੱਥ ਆਈ ਨਹੀਂ ਫੁੱਲ ਹਮੇਸ਼ਾ ਖਿਲਦੇ ਨਾਮ ਰੰਗਨ ਬਿਨ ਕੋਮਲ ਨਾਮ ਰੰਗਨ ਬਿਨ ਕੋਮਲ ਮਨ ਰੰਗਿਆ ਜਾਣਾ ਨੀ ਲੰਘਿਆ ਜਾਣਾ ਨੀ ਹੋ ਪਵ ਜਲ ਲੰਘਿਆ ਜਾਣਾ ਨੀ ਜੀ ਪਵ ਜਲ ਲੰਘਿਆ ਜਾਣਾ ਨੀ ਹੋ ਇੱਥੇ ਆਇਆ ਨੂੰ ਦੁਨੀਆ ਮੋਹ ਲੈਂਦੀ ਦਗੇ ਬਾਜ ਦਾ ਧਾਰ ਕੇ ਭੇਸ ਮੀਆਂ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਵਿਰੇਸ਼ ਮੀਆਂ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆ ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ਇਹ ਸੰਸਾਰ ਉੱਤੇ ਆਇਆ ਹੋਇਆ ਉਹਨਾਂ ਦਾ ਸਫਲ ਹੈ ਸ਼ਾਹ ਮੁਹੰਮਦ ਸ਼ਹਿਰ ਲਿਖਦਾ ਏ ਵੀ ਸੰਸਾਰ ਅੰਦਰ ਆ ਕੇ ਮਨੁੱਖ ਆਪਣੀਆਂ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਉਹ ਪਰਿਵਾਰ ਨਾਲ ਜੋੜ ਲੈਂਦਾ ਹੈ ਉਹਨਾਂ ਜੰਜੀਰਾਂ ਵਿੱਚ ਐਸਾ ਜਕੜਿਆ ਜਾਂਦਾ ਹੈ ਫਿਰ ਉਹ ਕਦੇ ਵੀ ਜਿਹੜਾ ਧਰਮ ਦੇ ਰਸਤੇ ਉੱਤੇ ਚੱਲਣਾ ਜਿਹੜਾ ਉਹਦੇ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ ਇਸ ਕਰਕੇ ਜਦੋਂ ਵੀ ਸੰਸਾਰ ਉੱਤੇ ਆਉਣਾ ਚਾਹੀਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਮਨੁੱਖਾ ਦੇਈ ਦਿੱਤੀ ਹੈ ਇਹਦੇ ਵਿੱਚ ਸਾਨੂੰ ਚੰਗੇ ਕਰਮ ਕਰਕੇ ਔਰ ਪਰਮਾਤਮਾ ਨਾਲ ਨੇੜਤਾ ਬਣਾ ਕੇ ਆਪਣੇ ਸਵਾਸਾਂ ਦੀ ਜਿਹੜੀ ਪੂੰਜੀ ਉਹਨੂੰ ਸਫਲਾ ਕਰਨਾ ਚਾਹੀਦਾ ਹੈ ਇਹ ਜਿਹੜਾ ਯੋਗ ਪ੍ਰਬੰਧ ਹੈ ਇੱਕ ਇਹ ਸਿੱਖ ਟੂ ਇੰਸਪਾਇਰ ਦੀ ਸਮੁੱਚੀ ਜਥੇਬੰਦੀ ਜਿਹੜਾ ਬੜਾ ਸ਼ਲਾਘਾ ਯੋਗ ਜਿਹੜਾ ਹੈ ਕਦਮ ਚੁੱਕ ਕੇ ਜਿਹੜਾ ਇਹ ਕਾਰਜ ਕਰ ਰਹੇ ਨੇ ਇਹਨਾਂ ਨੂੰ ਸਾਰੇ ਵਧਾਈ ਦੇ ਪਾਤਰ ਨੇ ਆਓ ਰੋਜ਼ਾਨਾ ਦੀ ਤਰ੍ਹਾਂ ਜਿਹੜਾ ਇੱਥੇ ਸੰਧਿਆ ਦੇ ਸਮੇਂ ਦੇ ਦੀਵਾਨ ਸੱਜਦੇ ਨੇ ਉਹਨਾਂ ਵਿੱਚ ਹਾਜ਼ਰੀਆਂ ਭਰ ਹੈ ਸਤਿਕਾਰਯੋਗ ਖਾਲਸਾ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ ਸੰਧਿਆ ਦੇ ਸਮੇਂ ਨੂੰ ਮੁੱਖ ਰੱਖਦੇ ਹੋਇਆਂ ਸ੍ਰੀ ਰਹਿਰਾਜ ਸਾਹਿਬ ਗੁਰਬਾਣੀਆਂ ਦੇ ਜਾਪ ਉਪਰੰਤ ਆਰਤੀ ਆਰਤੀ ਦੇ ਸ਼ਬਦ ਜਿਹੜੇ ਆਪ ਸਿੱਖ ਸੰਗਤਾਂ ਨੇ ਸਰਵਣ ਕਰਨਾ ਕੀਤੇ ਨੇ ਸਮਾਂ ਨਸੀਬ ਹੋਇਆ ਹੈ ਢਾਡੀ ਜਥੇ ਨੂੰ ਆਪ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਅਸੀਸ ਬਖਸ਼ਿਸ਼ ਕਰੋ ਸਾਡੀ ਅਤੇ ਆਪਣੀ ਹਾਜ਼ਰੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਓ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਮਹਾਰਾਜ ਕਹਿੰਦੇ ਆਗਿਆ ਆਪਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਸਿੱਖ ਵਾਸਤੇ ਵੀ ਕਿਸੇ ਵੀ ਬਚਨ ਦੀ ਸਾਂਝ ਪਾਉਣ ਤੋਂ ਪਹਿਲਾਂ ਜਿਹੜੀ ਹੈ ਫਤਿਹ ਦੀ ਸਾਂਝ ਕਰਨੀ ਲਾਜ਼ਮੀ ਹੋਵੇਗੀ ਆਓ ਦੋਵੇਂ ਹੱਥ ਜੋੜ ਕੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਦੋ ਵਾਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹੋਏ ਗੱਜ ਵੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਾਇਰ ਕਹਿੰਦਾ ਹੈ ਭਗਤ ਸੂਰਮਾ ਦਾਨ ਦੇ ਕਰਨ ਵਾਲਾ ਵਿਰਲਾ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਪੰਡ ਨੂੰ ਚੁੱਕਦਾ ਏ ਪੰਡ ਕਿਸੇ ਦੀ ਸਿਰ 'ਤੇ ਧਰੇ ਕੋਈ ਕੋਈ ਖਾਤਰ ਆਪਣੇ ਮਰਦੀ ਏ ਕੁੱਲ ਦੁਨੀਆ ਦੇਸ਼ ਕੌਮ ਦੀ ਖਾਤਰ ਮਰੇ ਕੋਈ ਕੋਈ ਐਸੇ ਮਰਦੇ ਮੁਜਾਹਿਦ ਦਾ ਅੱਜ ਸੰਤ ਅਤੇ ਸਿਪਾਹੀ ਦਾ ਜਿਹੜਾ ਸੁਮੇਲ ਰੱਖਣ ਵਾਲੇ ਮਹਾਂਪੁਰਖ ਦਾ ਅੱਜ ਜਨਮ ਦਿਹਾੜਾ ਏ ਉਹ ਥਾਂ ਥਾਂ 'ਤੇ ਜਿਹੜਾ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਥੋੜ੍ਹਾ ਜਿਹਾ ਸਮਾਂ ਨਸੀਬ ਹੋਇਆ ਹੈ ਆਪ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਉਹਨਾਂ ਦੀ ਪ੍ਰਥਾ ਇੱਕ ਕਵਿਤਾ ਕਹਿ ਕੇ ਆਪ ਸਿੱਖ ਸੰਗਤਾਂ ਤੋਂ ਖਿਮਾ ਦੇ ਜਾਚਕ ਹੋ ਜਾਣਾ ਸਤਿਕਾਰਯੋਗ ਖਾਲਸਾ ਜੀ 2 ਜੂਨ 1947 ਵਿੱਚ ਰੋਡੇ ਪਿੰਡ ਵਿੱਚ ਜਿਹੜਾ ਸੀ ਪਿਤਾ ਸਰਦਾਰ ਜੋਗਿੰਦਰ ਸਿੰਘ ਦੇ ਘਰੇ ਔਰ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਜਿਹੜਾ ਸੂਰਮੇ ਨੇ ਜਨਮ ਲਿਆ ਅਤੇ ਉਹਨਾਂ ਦੇ ਘਰੇ ਆਖਰ ਜਿਹੜਾ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪ੍ਰਚਾਰ ਕਰਦੇ ਕਰਦੇ ਰੋਡੇ ਨਗਰ ਵਿੱਚ ਗਏ ਅਤੇ ਸਰਦਾਰ ਜੋਗਿੰਦਰ ਸਿੰਘ ਘਰੇ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਗਏ ਉੱਥੇ ਮਹਾਂਪੁਰਖਾਂ ਨੇ ਆਖਿਆ ਵੀ ਕਿੰਨੇ ਪੁੱਤਰ ਨੇ ਤੁਹਾਡੇ
ते सरदार जोगिंदर सिंह ने आख्या महाराज सच्चे पातशाह जी की कृपा है, महाराज ने रंग भाग लाए ने ते जेड़ा है सत पुत्रां जेरी दात है महाराज ने बख्शिश की। ते बाबा जी कहन लगे भी हुण कौम नूं जेड़ा है ओह किहड़ा देना है, ते कहिंदे सरदार जोगिंदर सिंह होना ने अपने सत्तां पुत्रां दी लैन ला दित्ती। ते संत बाबा गुरबचन सिंह जी खालसा भिंडरां वालिआं ने उन्हां ने अपनी पारखू निगाह नाल सारे सिंघां दा जिहड़ा मुआइना करदे करदे महापुरखां दी निगाह जिहड़ी सी जाके संत ज्ञानी जरनैल सिंह जी खालसा भिंडरां वालिआं उत्ते टिकी। महापुरखां ने उन्हां नूं बाहों पकड़ के ते पिता सरदार जोगिंदर सिंह जी उन्हां तों मंग के ते संत ज्ञानी जरनैल सिंह जी खालसा भिंडरां वालिआं नूं अपने जथे दे नाल महिता चौंक लिया के उत्थे महापुरखां ने जिहड़ी सी सिक्ख्या दित्ती गुरबाणी दी संथ्या और प्रचार प्रसार वास्ते जिहड़ा तत्पर किया। फिर महापुरखां ने जिहड़ा सी संत ज्ञानी जरनैल सिंह जी खालसा भिंडरां वालिआं नूं जिहड़ा 20वीं सदी दे महान योधे होण दा खिताब मिलिया ते महापुरखां ने कौम दी जिहड़ी जी काया कल्प कीती चढ़दी कला नाल गुरसिखी दा प्रचार किया। बंदगी इन्नी ज़्यादा प्रताप इन्ना ज़्यादा कि कहिंदे एक भी बोल किसी भी स्टेज उत्तों महापुरख कहिंदे सन हज़ारां संगतां जिहड़ियां सन महापुरखां दी छपीत सुण के ते बाटे खंडे बाटे दा जिहड़ा अमृत छकण वास्ते तैयार हो जांदे सन उहनां दा अज जिहड़ा जन्म दिहाड़ा है। आओ उहनां दी प्रथा इक कविता कहण जा रहे हां, ढाडी जथा आप सिख संगतां दे रूबरू करन जा रहा है, तवजो देख के सरवण करो जी, इउं बेनती कीती जा रही है। ਕੌਮ
ਨਾ ਭੁੱਲੂ ਚੇਤਾ ਸਿੱਖੀ ਦੇ ਰਖਵਾਲੇ ਦਾ, ਸਿੱਖੀ ਦੇ ਰਖਵਾਲੇ ਦਾ ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ, ਹਾਂ ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ। ਸ਼ਿੰਦਾ ਪੁੱਤਰ ਸੰਗਤੇ ਬਾਜਾਂ ਵਾਲੇ ਦਾ, ਸੰਗਤੇ ਬਾਜਾਂ ਵਾਲੇ ਦਾ ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ, ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ। ਪੜ ਦਿੱਤਾ ਸਿੰਘਾਣੇ ਲਾਲੇ ਦਾ, ਸਿੰਘਾਣੇ ਲਾਲੇ ਦਾ ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ, ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ। ਕਵਿਤਾ ਆਲਮ ਚਾਹਲ ਗਾਵੇਗਾ, ਆਲਮ ਚਾਹਲ ਗਾਵੇਗਾ ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ, ਹਾਂ ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ, ਹਾਂ ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ, ਹਾਂ ਜਨਮ ਮੁਬਾਰਕ ਹੋਵੇ ਸੰਗਤੇ ਪਿੰਡਰਾਂ ਵਾਲੇ ਦਾ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨਿਆ ਉਨਕਾ ਹੈ ਸੁਆਉ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਸਾਧੂਆਂ ਨੂੰ, ਐਸੇ ਸਿਪਾਹੀਆਂ ਨੂੰ, ਐਸੇ ਸੰਤ ਅਤੇ ਯੋਧਿਆਂ ਦੇ ਸੁਮੇਲ ਰੱਖਣ ਵਾਲੇ ਮਹਾਂਪੁਰਖਾਂ ਨੂੰ ਸਾਡੀ ਸਦਾ ਜਿਹੜੀ ਨਮਸਕਾਰ ਹੈ। ਉਹਨਾਂ ਦਾ ਜਿਹੜਾ ਸੰਸਾਰ ਉੱਤੇ ਆਇਆ ਜਿਹੜਾ ਹੈ ਉਹ ਸਦਾ ਸਫਲ ਹੁੰਦਾ ਹੈ। ਜਿਹੜਾ ਆਪਣੀ ਕੌਮ ਲਈ, ਆਪਣੇ ਧਰਮ ਲਈ,
अपने इष्ट लई अपने गुरधामां लई जिहड़ा है चढ़दी कला नाल जिहड़ियां तत्पर सेवावां जिहड़ियां महापुरख करदे रहे अपनी जिंदगी अंदर। महाराज सच्चे पातशाह जी कृपा करन, सारियां सिख संगतां दी जिहड़ी हाजरी दर ते प्रवान करन। बोलदिआं इक नहीं अनेक प्रकार दीआं गलतियां कर गए होवांगे, अनजाण बच्चे समझ के महाराज सच्चे पातशाह जी बख्शनहार पिता बख्श लैण। आप गुरु कीआं सिख संगतां जिहड़ियां बख्शन योग कृपा करके बख्श लैणा जी। समुचे प्रबंधकां दा, समुचे जिहड़े आगू साहिबान ने सिख टू इंस्पायर दे जिन्हें भी सेवादार ने, जां कोई लंगरां च सेवावां निभा रहे ने, जां कोई स्टेज दी जिहड़ी सेवावां निभा रहे ने, सब दा धन्नवाद जी। फुलां नूं नाच तारदे होए गज वज के फतेह बुलाओ, आखो जी वाहेगुरु जी का खालसा वाहेगुरु जी की फतेह। गुरु रूप गुरु प्यारी साध संगत जी, वाहेगुरु जी का खालसा वाहेगुरु जी की फतेह। सो यू संगत हैव जस्ट लिसन टू ढाडी जथा भाई हरदीप सिंह जी फतेहगढ़ सभरावां वाले हुए संघ इन सैलीब्रेशन ऑफ दमदम टकसाल मौजूदा मुखी जन्म दिहाड़ा संत ज्ञानी जरनैल सिंह जी खालसा पिंडर वाले के जन्म दिहाड़े ते दैव जस संघ कविता। सो ज्ञानी जी के समूह जथे का धन्यवाद। सो नाओ फ्रॉम ऑन बिहाफ ऑफ सीट इंस्पायर एंड द समूह संघ ਜਥੇ ਨੂੰ ਸਰੂਪਾ ਉਹ ਦਿੱਤਾ ਜਾਣਾ ਹੈ। ਸੋ ਗਿਆਨੀ ਸੁਖਰਾਜ ਸਿੰਘ ਜੀ ਨੂੰ ਬੇਨਤੀ ਆ। ਐਂਡ ਆਫਟਰ ਦਿਸ ਦੇ ਵਿਲ ਬੀ ਹੁਕਮਨਾਮਾ ਸਾਹਿਬ ਕਥਾ ਐਂਡ ਸਮਾਪਤੀ ਆਫਟਰ ਦੈਟ ਦੇ ਵਿਲ ਬੀ ਕੀਰਤਨ ਬਿਫੋਰ ਦੈਟ। Thank you to the Jatha as well that have been doing the Sahaj Paath Sahib for Sri Guru Arjan Dev Sahib Ji Maharaj Shahidi Gurpurab. So the pogo will be tomorrow evening in this Darbar Sahib. So hon Gyani Ji hon Kirtan hovega us to prant Hukmnama Sahib di katha. So thank you to Tadi Bhai Hardeep Singh Ji Fatehgarh Sabhrama wale again. Waheguru Ji ka khalsa, Waheguru.